ਚਲ ਦੋਸਤੋ, ਸੋ ਅੱਜ ਦਾ ਸਾਡਾ ਟੌਪਿਕ ਰਹੇਗਾ ਕਿ US ਦੇ ਵਿੱਚ ਸਕਾਲਰਸ਼ਿਪ ਦਾ ਕੀ ਟ੍ਰੈਂਡ ਹੁੰਦਾ, ਕਿੰਨੀ ਪਰਸੈਂਟ 'ਤੇ ਤੁਹਾਨੂੰ ਕਿੰਨੀ ਸਕਾਲਰਸ਼ਿਪ ਮਿਲਦੀ ਆ ਔਰ ਕਿੰਨੇ ਪਰਸੈਂਟ ਸਕਾਲਰਸ਼ਿਪ ਮਿਲਦੀ ਆ ਔਰ ਕਦੋਂ ਸਾਨੂੰ ਅਪਲਾਈ ਕਰਨਾ ਚਾਹੀਦਾ। ਦੇਖੋ, ਹਰ ਯੂਨੀਵਰਸਿਟੀ ਦਾ ਇੱਕ ਟ੍ਰੈਂਡ ਹੁੰਦਾ, ਫਸਟ ਕਮ ਫਸਟ ਸਰਵ। ਸੋ ਜਿੰਨੀ ਜਲਦੀ ਅਸੀਂ ਅਪਲਾਈ ਕਰਾਂਗੇ, ਉਨੀ ਅੱਛੀ ਸਾਨੂੰ ਸਕਾਲਰਸ਼ਿਪ ਮਿਲੇਗੀ। ਅਗਰ ਆਪਾਂ ਆਲ ਓਵਰ ਵਰਲਡ 'ਚ ਗੱਲ ਕਰੀਏ, ਤਾਂ USA ਇੱਕ ਇੱਦਾਂ ਦੀ ਡੈਸਟੀਨੇਸ਼ਨ ਹੈ ਜਿੱਥੇ ਸਭ ਤੋਂ ਜ਼ਿਆਦਾ ਸਕਾਲਰਸ਼ਿਪ ਮਿਲਦੀ ਆ। ਡਿਪੈਂਡ ਕੀ ਕਰਦਾ, ਤੁਹਾਡੀ ਪ੍ਰੋਫਾਈਲ, ਤੁਹਾਡੀ ਪਰਸੈਂਟੇਜ ਔਰ ਤੁਸੀਂ ਕਿਹੜੇ ਕੋਰਸ ਦੇ ਵਿੱਚ ਆ ਰਹੇ, ਕਿਉਂਕਿ ਹਾਈਲੀ ਡਿਮਾਂਡਡ ਕੋਰਸਿਸ ਵੀ ਉੱਥੇ ਬਹੁਤ ਵੈਲਿਊ ਹੈਗੀ ਆ। IT ਦੀ ਤੁਸੀਂ ਲਗਾ ਲਓ ਜਾਂ ਜਿਹੜੇ ਵੀ ਸਟੈਮ ਕੋਰਸਿਸ ਹੈਗੇ, ਉਹਦੀ ਬਹੁਤ ਜ਼ਿਆਦਾ ਵੈਲਿਊ ਹੈਗੀ ਆ। ਸੋ ਉਹਦੇ ਵਿੱਚ ਸਕਾਲਰਸ਼ਿਪ ਵੀ ਬਹੁਤ ਅੱਛਾ ਮਿਲਦਾ ਵਾ, ਬਟ ਸਕਾਲਰਸ਼ਿਪ ਦਾ ਵੀ ਕ੍ਰਾਈਟੀਰੀਆ ਹੁੰਦਾ ਵਾ। ਸੋ ਤੁਹਾਡੀ ਅਗਰ ਬਹੁਤ ਅੱਛੀ ਪਰਸੈਂਟੇਜ, ਲਾਈਕ ਤੁਸੀਂ 90s ਪਰਸੈਂਟੇਜ ਤੁਹਾਡੀ ਹੈਗੀ ਆ, ਪਲੱਸ ਤੁਹਾਡੇ 7 ਬੈਂਡਸ ਹੈਗੇ ਆ, ਸੋ ਕਾਫੀ ਯੂਨੀਵਰਸਿਟੀਜ਼ ਹੈਗੀਆਂ ਜਿਹੜੀ ਤੁਹਾਨੂੰ 70-80% ਸਕਾਲਰਸ਼ਿਪ ਵੀ ਦਿੰਦੀ ਆ। ਐਂਡ ਮੋਰ ਓਵਰ ਡਿਪੈਂਡ ਫੇ ਅਗੇਨ ਕਰੇਗਾ ਤੁਹਾਡੀ ਪ੍ਰੋਫਾਈਲ 'ਤੇ। ਉਹਦੀ ਅਸੈਸਮੈਂਟ ਲਈ ਤੁਸੀਂ ਕਾਲ ਕਰ ਸਕਦੇ ਹੋ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਕਿੰਨੀ ਸਕਾਲਰਸ਼ਿਪ ਮਿਲ ਸਕਦੀ ਹੈ। ਸੋ ਕਾਲ ਕਰ ਸਕਦੇ ਹੋ ਤਾਂ ਵੀਜ਼ਾ ਆਫ 90-410-90-410 'ਤੇ। ਸਾਡੀਆਂ 3 ਬ੍ਰਾਂਚਿਸ ਆ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ। ਔਰ ਜਿਹੜੀ ਤੁਹਾਡੀ ਅਸੈਸਮੈਂਟ ਹੈਗੀ ਉਹ ਟੋਟਲੀ ਫ੍ਰੀ ਆਫ ਕੋਸਟ ਹੈਗੀ ਆ। ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਸਾਡਾ ਟੌਪਿਕ ਰਹੇਗਾ ਸਪੈਸ਼ਲੀ ਪੰਜਾਬ ਔਰ ਹਰਿਆਣਾ ਬੋਰਡਸ ਵਾਸਤੇ, ਕਿਉਂਕਿ ਜਿਹੜੇ ਸਟੂਡੈਂਟਸ ਨੇ ਪੰਜਾਬ ਔਰ ਹਰਿਆਣਾ ਬੋਰਡ ਤੋਂ +2 ਕੀਤੀ ਹੋਈ ਆ ਔਰ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ, ਉਹਨਾਂ ਲਈ ਇੱਕ ਲਾਸਟ ਚਾਂਸ ਆ, ਬਹੁਤ ਲਿਮਿਟਿਡ ਟਾਈਮ ਰਹਿ ਗਿਆ। ਕਿਉਂਕਿ UK ਦੇ ਵਿੱਚ ਕੀ ਟ੍ਰੈਂਡ ਹੁੰਦਾ ਕਿ ਆਫਰ ਲੈਟਰ ਅਪਲਾਈ ਕਰਨ ਦੀ ਵੀ ਡੈਡਲਾਈਨ ਆ ਜਾਂਦੀ ਹੈ। ਮੀਨਸ ਕਿ ਅਗਰ ਉਹਨਾਂ ਨੇ ਹੁਣ ਡੈਡਲਾਈਨਸ ਕਾਫੀ ਯੂਨੀਵਰਸਿਟੀਜ਼ ਨੇ ਦੇਣੀਆਂ ਸਟਾਰਟ ਕਰਤੀਆਂ ਵਾ, ਕਿਸੇ ਦੀ 30th ਹੈਗੀ ਆ, ਕਿਸੇ ਦੀ 15 ਹੈਗੀ ਆ, ਮੈਕਸੀਮਮ ਯੂਨੀਵਰਸਿਟੀਜ਼ ਨੇ ਹੁਣ ਲਾਸਟ ਵੀਕ ਦੇ ਵਿੱਚ ਅਨਾਊਂਸ ਕਰਨੀਆਂ ਸ਼ੁਰੂ ਕਰ ਦਿੰਦੀਆਂ। ਈਵਨ ਕਿ ਉਹ ਡੈਡਲਾਈਨ ਲਈ ਵੀ ਪਹਿਲੇ ਇੱਕ ਵਾਰਨਿੰਗ ਦਿੰਦੇ ਆ ਕਿ ਇਸ ਡੇਟ ਤੋਂ ਡੈਡਲਾਈਨ ਸਟਾਰਟ ਹੋ ਜਾਏਗੀ। ਸੋ ਉਹ ਤੋਂ ਬਾਅਦ ਈਵਨ ਕਿ ਤੁਸੀਂ ਆਫਰ ਲੈਟਰ ਅਪਲਾਈ ਵੀ ਨਹੀਂ ਕਰ ਸਕਦੇ। ਸੋ ਪੰਜਾਬ ਔਰ ਹਰਿਆਣਾ ਬੋਰਡ ਜਿਹੜੇ ਵਿਦਆਊਟ ਆਇਲਸ ਕਰਨਾ ਚਾਹੁੰਦੇ, ਉਹਨਾਂ ਲਈ ਬਹੁਤ ਲਿਮਿਟਿਡ ਯੂਨੀਵਰਸਿਟੀਜ਼ ਹੈਗੀਆਂ। ਸੋ ਬਿਲਕੁਲ ਆਪਣਾ ਟਾਈਮ ਨਾ ਵੇਸਟ ਕਰੋ, ਕਿਉਂਕਿ ਜਨਵਰੀ ਇਨਟੇਕ 'ਚ ਜ਼ਰੂਰੀ ਨਹੀਂ ਹੈ ਕਿ ਉਹ ਆਪਸ਼ਨਸ ਤੁਹਾਨੂੰ ਮਿਲਣ, ਕਿਉਂਕਿ ਸਪਟੈਂਬਰ ਇਨਟੇਕ ਇੱਕ ਮੇਜਰ ਇਨਟੇਕ ਹੁੰਦਾ, ਸਾਰੀ ਯੂਨੀਵਰਸਿਟੀਜ਼ ਓਪਨ ਹੁੰਦੀਆਂ ਵਾ। ਸੋ ਜਿਹੜੇ ਸਟੂਡੈਂਟਸ ਵਿਦਆਊਟ ਆਇਲਸ ਪੰਜਾਬ ਹਰਿਆਣਾ ਬੋਰਡ ਵਾਲੇ ਕਰਨਾ ਚਾਹੁੰਦੇ ਆ, ਉਹਨਾਂ ਲਈ ਵੀ ਬਹੁਤ ਲਿਮਿਟਿਡ ਟਾਈਮ ਰਹਿ ਗਿਆ ਵਾ। ਜਿਹੜੇ MOI ਦੇ ਬੇਸ 'ਤੇ ਕਰਨਾ ਚਾਹੁੰਦੇ ਆ, ਉਹਨਾਂ ਲਈ ਵੀ ਇਹੀ ਇੱਕ ਚਾਂਸ ਹੈਗਾ ਵਾ। ਐਂਡ ਪਲੱਸ ਜਿਹੜੇ 6 ਮੰਥ ਦੀ ਫੀਸ ਦੇਣਾ ਚਾਹੁੰਦੇ ਆ, ਕਿਉਂਕਿ UK ਦੇ ਵਿੱਚ ਕੀ ਆ ਕਿ ਹਰ ਯੂਨੀਵਰਸਿਟੀ ਦਾ ਸੇਮ ਸਟੈਂਡਰਡ ਨਹੀਂ ਹੈਗਾ। ਸੋ ਕੁਛ ਯੂਨੀਵਰਸਿਟੀਜ਼ ਹੀ ਆ ਜਿਹੜੀਆਂ 6 ਮੰਥ ਦੀ ਫੀਸ ਲੈਂਦੀ ਆ। ਸੋ ਆਪਣਾ ਬਿਨਾਂ ਟਾਈਮ ਵੇਸਟ ਕੀਤੇ ਅਪਲਾਈ ਕਰਨ ਲਈ ਕਾਲ ਕਰ ਸਕਦੇ ਹੋ ਤਾਂ ਵੀਜ਼ਾ ਆਫ 90-410-90-410 'ਤੇ। ਸਾਡੀਆਂ 3 ਬ੍ਰਾਂਚਿਸ ਆ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਭ ਤੋਂ ਮੇਨ ਬੈਨੀਫਿਟ ਕੀ ਆ ਕਿ ਅਗਰ ਤੁਸੀਂ UK ਦੀ ਐਪਲੀਕੇਸ਼ਨ ਸਾਡੇ ਨਾਲ ਲਾਉਂਦੇ ਹਾਂ ਤਾਂ ਤੁਹਾਡੇ ਤੋਂ ਸਾਰੇ ਪੈਸੇ ਲਿੱਤੇ ਜਾਣਗੇ ਵੀਜ਼ੇ ਤੋਂ ਬਾਅਦ। ਸਤਿ ਸ਼੍ਰੀ ਅਕਾਲ।